ਇਹ ਚੁੰਬਕੀ ਜ਼ੂਮ ਇੱਕ ਵਧੀਆ ਵਿਗਿਆਨਿਕ ਪ੍ਰੋਜੈਕਟ ਹੈ। ਇੱਕ 1 ਸੈਂਟੀਮੀਟਰ ਲੰਬੀ ਯੂ ਆਕਾਰ ਦੀ ਪਲਾਸਟਿਕ ਦੀ ਪੱਤੀ ਲਵੋ, ਕੁਝ ਨਿਓਡਾਈਮੀਅਮ ਚੁੰਬਕ ਅਤੇ ਕੁਝ ਸਟੀਲ ਦੀਆਂ ਗੇਂਦਾਂ ਲਵੋ। ਇੱਕ ਮਾਚਿਸ ਦੀ ਡੱਬੀ ਉੱਪਰ ਰੱਖ ਕੇ ਉਸ ਨੂੰ ਉੱਪਰ ਵੱਲ ਉੱਚਾ ਕਰੋ। ਉੱਚੇ ਸਿਰੇ ਤੋਂ 30 ਸੈਂਟੀਮੀਟਰ ਦੀ ਦੂਰੀ 'ਤੇ 2 ਚੁੰਬਕਾਂ ਅਤੇ 5 ਸਟੀਲ ਗੇਂਦਾਂ ਰੱਖੋ। ਸਟੀਲ ਦੀਆਂ ਗੇਂਦਾਂ ਆਪ ਹੀ ਚੁੰਬਕ ਨਾਲ ਚਿਪਕ ਜਾਣਗੀਆਂ। ਫਿਰ ਇੱਕ ਗੇਂਦ ਉੱਚੇ ਸਿਰੇ ਤੋਂ ਛੱਡੋ। ਜਿਸ ਸਮੇਂ ਇੱਕ ਗੇਂਦ ਚੁੰਬਕ ਨੂੰ ਚਿਪਕੇਗੀ, ਸੱਜੇ ਪਾਸੇ ਤੋਂ ਗੋਲੀ ਵਾਂਗ ਸ਼ੂਟ ਨਾਲ ਬਾਹਰ ਨਿਕਲੇਗੀ। ਇਸ ਪ੍ਰਯੋਗ ਨੂੰ ਇੱਕ ਵਾਰ ਫਿਰ ਦੇਖੋ। ਹੁਣ ਤੁਸੀਂ 2 ਸੈੱਟ ਚੁੰਬਕ ਅਤੇ ਗੇਂਦਾਂ ਲੈ ਲਵੋ, ਜਿਨ੍ਹਾਂ ਵਿੱਚ 20 ਸੈਂਟੀਮੀਟਰ ਦੀ ਦੂਰੀ ਹੋਵੇ। ਇੱਕ ਗੇਂਦ ਨੂੰ ਇੱਕ ਸਿਰੇ ਤੋਂ ਛੱਡੋ ਅਤੇ ਚਿਪਕਦੇ ਸਾਰ ਹੀ ਸੱਜੇ ਪਾਸਿਓਂ ਤੁਸੀਂ ਗੇਂਦ ਨੂੰ ਤੇਜ਼ੀ ਨਾਲ ਬਾਹਰ ਆਉਂਦੇ ਦੇਖੋਗੇ। ਚੁੰਬਕ ਦੇ 2 ਸੈੱਟ ਗੇਂਦ ਦੀ ਰਫ਼ਤਾਰ ਵਧਾ ਦੇਣਗੇ।